हाँ जी, अज की वीडियो आप डाउनलोड किदा करना वैब पतेन ते लैपटॉप यानी कि विंडो च किदा करना है ते अपने एंड्रॉयड फोन ते किदा करना है। आईफोन च सीधा ऑनलाइन ही करना पैंदा है ना। इदा इहदे तीन दो तीन वीडियो अलग बना दूंगा मैं, पहले विंडो वाला बनाना, उस तो बाद जदों खत्म होंदे फिर एंड्रॉयड वाला, वह अलग तो ऐड कर दूंगा है ना। तो वो टाइम थले डिस्क्रिप्शन दे दूंगा भी किसी एंड्रॉयड ही करना तो अपना सीधा उस वीडियो देखो, अगर पहला देखने का लोड़ नहीं है ना, वह टाइम थले डिस्क्रिप्शन कर दूंगा। तो लास्ट में फिर होर देख लेंगे जे यूट्यूब किदा आप सर्च करनी है वीडियो, तो चलो देखते हैं। बाकी मैं टाइम सारा कुछ सैट कर दूंगा, ठीक है जी। तो यह हो गया विंडोज, गूगल च गए अपने लिखता वैब पतेंते डाउनलोड लिखे तो आई जाता है ना, मैं लिखी देना पतेंते 4.4 सही है वैसे क्योंकि बिल्कुल लेटेस्ट है 4.4। हम देखो डाउनलोड, फिर एंड्रॉयड है ना, कलर सीधा डाउनलोड ही लिख देना है। मैं पहले लिख दें जी अपने विंडोज वास्ते, विंडोज है ना जी, फिर विंडोज ये आ गया पहली साइट ही देख लो, फिर विंडोज आ गया है ना जी। गूगल से जाके सर्च कर लो, ये दो फाइल आ गए ना, मल्टी पतेंते मतलब सारे पतेंते आ जाते अच्कल जिदा है। तो फिर विंडोज, विंडोज पोर्टेबल भी होंगे जिदा अपने टैबलेट च विंडो होंगी कई बार, तो यह लैपटॉप वाली लैपटॉप कहू लैपटॉप ही कहता, वह भी तो पोर्टेबल ही होंगे, चाहे अपने कंप्यूटर जो होंगे अपना डैस्कटॉप, तो जिस मर्जी कर लो लगभग सेम जहा ही है। तो मैं आसकारी का करता जी, तो इदा करके कमजोरी आ सकती है, तो थले डाउनलोड होना हजे नहीं शुरू होना। थले फिर सकारी का आ गया, इतने क्लिक किया तो अपनी यह डाउनलोड होनी शुरू हो गई, ठीक है जी। जिदा ही डाउनलोड हो जूगी फिर अपन ओपन वेंडन कर दी, या वैसे भी ओपन हो जाती होंगी है। हाँ जी, हूँ ओपन कर देने, चाहे डबल क्लिक करके ओपन कर दो, ओपन कर दें है ना, डबल क्लिक करके भी हो जूगा। ਇੱਦਾਂ ਮੰਗੂਗਾ ਉਹ, ਇਹਨੂੰ ਯੈਸ ਕੀਤਾ ਤੇ ਇਸ ਤੋਂ ਬਾਅਦ ਅਵੰਤੀ ਹੈ ਨਾ, ਇਸ ਤੋਂ ਬਾਅਦ ਅਚੈਤੋ ਜੋ ਵੀ ਇਹਦੀ ਸ਼ਰਤਾਂ ਹੋ ਗਈਆਂ, ਪੋਲਸੀ ਹੋ ਗਈ ਐਕਸੈਪਟ ਕੀਤਾ, ਅਵੰਤੀ ਨੈਕਸਟ ਹੈ ਨਾ, ਫਿਰ ਅਵੰਤੀ ਇੱਦਾਂ ਕਰਕੇ ਹੈ ਨਾ। ਇਹ ਇਹਨੂੰ ਤੁਸੀਂ ਅਸੀਂ ਉੱਪਰਲਾ ਪਹਿਲਾਂ ਪਹਿਲਾਂ ਕਰਕੇ ਰਹਿਣ ਦੇਣਾ ਏ ਬੀ ਹੈ ਨਾ, ਅੱਗੇ ਰਿਵੀਜ਼ਨ ਨੇ ਏ ਐਮ ਦਾ ਤਾਂ ਕਰਨਾ ਨਹੀਂ, ਕਿਸੇ ਨੇ ਏ ਐਮ ਦਾ ਕਰਨਾ ਉਹ ਵੀ ਕਰ ਦਿਓ, ਇੱਦਾਂ ਕਰਕੇ ਫਿਰ ਅਵੰਤੀ ਤੇ ਇੱਦਾਂ ਕਰਕੇ ਜਦੋਂ ਅਵੰਤੀ ਕਰਾਂਗੇ ਤਾਂ ਡਾਊਨਲੋਡ ਹੋ ਜਾਣਾ, ਇੰਸਟਾਲ ਹੋ ਜਾਣਾ ਹੈ ਨਾ। ਇੱਥੋਂ ਬਾਅਦ ਹੁਣ ਜਿੱਦਾਂ ਕਰੂੰਗਾ ਤਾਂ ਉਹ ਆਪਣੇ ਹੁਣ ਇੰਸਟਾਲ ਹੋਣਾ ਇਸ ਤੋਂ ਬਾਅਦ। ਤਾਂ ਹੁਣ ਮੈਂ ਕਰਦਾ ਨਹੀਂ ਕਿਉਂਕਿ ਮੈਂ ਡਾਊਨਲੋਡ 4.2 ਕੀਤਾ ਹੈ, ਕਿਉਂਕਿ ਉਹ ਥੋੜ੍ਹਾ ਮੈਨੂੰ ਪੜ੍ਹਾਉਣਾ ਉਹ 'ਚ ਸੌਖਾ ਲੱਗਦਾ, ਜੇ ਅੱਖਰ ਥੋੜ੍ਹੇ ਛੋਟੇ ਹੈ ਤਾਂ ਤੁਸੀਂ 4.4 ਹੀ ਡਾਊਨਲੋਡ ਕਰਨਾ, ਠੀਕ ਹੈ ਜੀ। ਤਾਂ ਇਹ ਡਾਊਨਲੋਡ ਹੋਣ ਤੋਂ ਬਾਅਦ ਇੰਸਟਾਲ ਹੋ ਜੂਗਾ ਸਾਰਾ ਕੁਛ, ਡਾਊਨਲੋਡ ਹੋ ਕੇ ਸਾਰਾ ਕੁਛ ਹੋ ਜੂਗਾ ਜੀ। ਬਸ ਇਹ ਤਾਂ ਹੋ ਗਿਆ ਆਪਣਾ ਵਿੰਡੋ, ਜਿੱਦਾਂ ਦੇਖੋ ਇੰਸਟਾਲ ਹੋਣਾ ਸ਼ੁਰੂ ਹੋ ਗਿਆ, ਮੈਂ ਉਹਨੂੰ ਨੁੱਲਾ ਕਰ ਦਿੰਦਾ ਅਤੇ ਇੱਦਾਂ ਕਰਕੇ ਤੁਹਾਡਾ ਇੰਸਟਾਲ ਹੋ ਜੂਗਾ। ਇੰਸਟਾਲ ਹੋ ਕੇ ਮੇਨ ਸਕਰੀਨ 'ਤੇ ਆ ਜੂਗਾ ਅਤੇ ਬਸ ਤੁਸੀਂ ਆਪਣਾ ਇੱਥੋਂ 4.4 ਤੁਹਾਡਾ ਚੱਲਣ ਲੱਗ ਜੂਗਾ। ਇਹ ਤਾਂ ਹੋ ਗਿਆ ਆਪਣਾ ਵਿੰਡੋਜ਼ ਵਾਸਤੇ। ਹਾਂਜੀ, ਹੁਣ ਇਹਨੂੰ ਯੂਜ਼ ਕਿੱਦਾਂ ਕਰਨਾ ਹੈ, ਇਹ 'ਚ ਐਚ ਜਿਹੜਾ ਹੈਗਾ ਇਹ ਥਿਉਰੀ ਹੈ ਸਾਰੀ ਹੈ ਨਾ, ਇਹ 'ਚੋਂ ਆਪਾਂ ਪੜ੍ਹਦੇ ਹਾਂ ਕਿਉਂਕਿ ਕਈ ਵਾਰ ਕੋਈ ਕਹਿੰਦਾ ਵੀ ਸਾਨੂੰ ਚੈਪਟਰ ਨਹੀਂ ਲੱਭਦੇ, ਇਹਦੇ ਚੈਪਟਰ ਇਸ ਹਿਸਾਬ ਨਾਲ ਹੈਗੇ ਹੈ। ਜੇ ਤੁਸੀਂ ਦੇਖਦੇ ਤਾਂ 40 ਚੈਪਟਰ ਹੈ ਇਹਦੇ ਵਿੱਚ, ਇਹ ਬਹੁਤ ਦਿੱਕਤ ਆਉਂਦੀ ਹੈ ਕਿਉਂਕਿ ਕੋਈ ਕਿਸ ਕਿਤਾਬ 'ਚੋਂ ਪੜ੍ਹਦਾ ਹੈ, ਤਾਂ ਅਸੀਂ ਇਸ ਹਿਸਾਬ ਨਾਲ ਪੜ੍ਹਦੇ ਹਾਂ। ਜਿੱਦਾਂ ਪਹਿਲਾ ਸਤਰਾਹ ਦਾ ਚੈਪਟਰ ਹੋ ਗਿਆ ਹੈ ਨਾ, ਜਿਸ 'ਚ ਸਤਰਾਹ ਦੇ ਪਾਰਟ, ਫਿਰ ਦੂਸਰਾ ਚੈਪਟਰ 'ਚ ਵੀਕ ਵਾਲੀ ਗੱਡੀਆਂ ਕਿਹੜੀ ਕਿਹੜੀਆਂ ਆਉਂਦੀਆਂ, ਤੀਸਰਾ ਚੈਪਟਰ ਡਰਾਈਵਰ ਦੇ ਫਰਜ਼ ਹੈ, ਚੌਥਾ ਚੈਪਟਰ ਹੈ ਜਿਹੜੇ ਕਮਜ਼ੋਰ ਬੰਦਿਆਂ ਪ੍ਰਤੀ ਵਿਹਾਰ ਹੈ ਹੈ ਨਾ, ਤੀਸਰਾ ਚੌਥਾ ਜੀ ਛੱਡ ਹੀ ਦਿੰਦੇ ਹਾਂ, ਪੰਜਵਾਂ ਮਤਲਬ ਪਹਿਲਾ ਦੂਸਰਾ ਇਹ ਹੋ ਗਿਆ, ਇਹ ਦੋ ਮਿਲ ਕੇ ਅਤੇ ਇੱਕ 15ਵਾਂ ਚੈਪਟਰ ਮਿਲ ਕੇ ਆਮ ਕਿਤਾਬਾਂ ਦਾ ਪਹਿਲਾ ਚੈਪਟਰ ਬਣਦਾ ਹੈ। ਪਰ ਅਸੀਂ ਤਾਂ ਇੱਦਾਂ ਹੀ ਕਰਦੇ, ਪਹਿਲਾਂ ਪੜ੍ਹਿਆ ਚਲੋ ਪੜ੍ਹ ਲਿਆ ਜੀ, ਫਿਰ ਕੀ ਕਰਨਾ ਅਸੀਂ, ਅਸੀਂ ਜਾਣਾ ਬਾਅਦ ਚੋਂ। ਜਿੱਦਾਂ ਤੁਸੀਂ ਵੀ ਪਹਿਲਾਂ ਪੜ੍ਹਿਆ, ਪਹਿਲਾਂ ਵੀਡੀਓ ਦੇਖਿਆ ਯੂਟਿਊਬ ਤੇ ਵੀ, ਮਤਲਬ ਤੁਸੀਂ ਪਹਿਲਾਂ ਵੀਡੀਓ ਦੇਖਿਆ, ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਇਹ ਇੱਥੇ ਗਏ, ਇਹ ਸ਼ੁਰੂ 'ਚ ਗਏ, ਇਹਦੇ ਵਿੱਚ ਆਪਾਂ ਨੂੰ ਲੱਭਣਾ ਪੈਂਦਾ। ਮਤਲਬ ਪਹਿਲਾਂ ਚੈਪਟਰ ਪੜ੍ਹਨ ਤੋਂ ਬਾਅਦ ਤੁਸੀਂ ਇਕੱਲੇ ਗਰੁੱਪ ਵਾਲੇ ਵੀ ਸ਼ਿਕਾਇਤ ਕਰ ਲੈਣੇ, ਜਿੱਦਾਂ ਮਤਲਬ ਪਹਿਲਾਂ ਵੀਡੀਓ ਦੇਖਿਆ ਅਤੇ ਇੱਦਾਂ ਕਰਕੇ ਜੋ ਵੀ ਹੈਗਾ, ਸਤਰਾਹ ਦਾ ਨੋਨ ਕੋਮਪਰੈਂਡ ਦੇ ਲੱਭਣ ਕੀ ਨਾ, ਅਤੇ ਇਹ ਫਾਲਸ ਹੋ ਗਿਆ। ਇੱਦਾਂ ਤਾਂ ਆਪਣੀ ਪ੍ਰੈਕਟਿਸ ਕਰ ਹੀ ਲੈਣੀ ਹੈ, ਪਰ ਬਾਅਦ 'ਚੋਂ ਜਦੋਂ ਸ਼ਿਕਾਇਤ ਕਰਨਾ ਚਾਹੁੰਦੇ ਤਾਂ ਫਿਰ ਉਹਦੇ ਵਾਸਤੇ ਹਮੇਸ਼ਾ ਸੈਟਿੰਗ 'ਚ ਜਾਣਾ ਪੈਂਦਾ। ਸਤਰੂ ਮਿਹਨਤੀ ਇਹ ਹੈਗੀ ਆਪਣੇ ਲੈਪਟੋਪ 'ਚ, ਐਜ਼ਾਮੀ ਐਜ਼ਾਮੀ ਸੂ ਆਰਗੋ ਮਿਹਨਤੀ ਸਿਲੈਕਸ਼ਨ ਆਤੀ, ਇਹਦੇ ਵਿੱਚੋਂ ਤੁਸੀਂ ਸਿਲੈਕਟ ਕਰਨਾ ਫਿਰ ਮੁੜ ਕੇ। ਤਾਂ ਆਹ ਪਹਿਲਾਂ ਸਤਰਾਹ ਦਾ ਹੀ ਹੈ। ਫਿਰ ਜਦੋਂ ਉਹ 'ਚੋਂ ਥਿਉਰੀ 'ਚੋਂ ਦੂਸਰਾ ਚੈਪਟਰ ਪੜ੍ਹਨਾ, ਫਿਰ ਦੂਸਰਾ ਚੈਪਟਰ ਆਹ ਹੈ ਡੈਫੀਨੇਸ਼ਨ ਦੀ ਵੀਕ ਵਾਲੀ, ਤੀਸਰਾ ਚੈਪਟਰ ਜੇ ਤੀਸਰਾ ਚੈਪਟਰ ਬਾਅਦ 'ਚ ਪੜ੍ਹੀਦਾ ਤਾਂ ਤੀਸਰਾ ਚੈਪਟਰ ਆਹ ਹੈ, ਚੌਥਾ ਚੈਪਟਰ ਆਹ ਹੈ, ਫਿਰ ਆਹ ਜਿਹੜਾ ਸਿਨੈਲੀ ਦੀ ਪੈਰੀ ਇਕੁਅਲ ਹੈ ਨਾ, ਇਹ ਥਿਉਰੀ ਵਿੱਚ 5ਵਾਂ ਚੈਪਟਰ ਹੈ, ਇੱਦਾਂ ਕਰਕੇ ਐਡ ਕਰੀ ਜਾਣਾ। ਜੇ ਥਿਉਰੀ ਵਿੱਚ ਦੇਖੀਏ ਤਾਂ ਸਿਨੈਲੀ ਦੀ ਪੈਰੀ ਕੋਲੋਂ 5ਵਾਂ ਚੈਪਟਰ ਹੈ, ਤਾਂ ਇਹ ਧਿਆਨ ਰੱਖਣਾ ਹੈਗਾ। ਜਦੋਂ ਸ਼ਿਕਾਇਤ ਕਰਨਾ ਤਾਂ ਉੱਧਰੋਂ ਕਰ ਸਕਦੇ ਹਾਂ। ਤਾਂ ਇਹ ਤੁਹਾਡਾ ਹੋ ਗਿਆ ਜੀ ਵਿੰਡੋਜ਼ 'ਚ।
जी हुण एंड्रॉयड फोन च अपने डाउनलोड करने वास्ते वेबपैक थी 4.4, तो इनू गूगल सर्च करो जाके, गूगल च गए तो उपर जाके तुसी अपने टाइप कर दो वेबपैक। वैसे अपने आप ही सर्च आने लग पा वेबपैक बी या वेबपैक 4.4 ही कर दें आप सारे, क्योंकि लेटेस्ट है 4.4। जे जिहड़ा भी थोड़े को है आप एंड्रॉयड करना हुण तो एंड्रॉयड आ गया जी, तो यह सर्च आ जाना तो पहली पहली लगभग आ जाती हिंदी है। ये गए जी तो पेज उपर स्कारिका जो लास्ट से लिखा है स्कारिका उत्ते तीर जी निशान से लाया। चलो जी क्यों किया मशहूरी आ गई है ना, थोड़ा थले गए फिर थले तीर जो निशान लाल रंग का स्कारिका से क्लिक किया, ये डाउनलोड होना शुरू हो जाना। डिटेल आ गई जी कुछ भी होगा जरा, तो डाउनलोड होने तो बाद है ना फिर ये ओपन जिदा चाहे डाउनलोड च अपने फोल्डर जाके देख लो तो इनू ओपन कर लेना है ना। ओपन करने वेले हमेशा वह मंग सकता थोड़े को, क्योंकि ये गूगल तो है ना सिक्योरिटी मंग सकता है। उच्च जाओ तो सैटिंग से जाना पैना आपां नूं, सैटिंग चल गया अलाउ फ्रॉम दिस सोर्स, चाहे सैटिंग च पहला जाके कर लो चाहे इत्थों करता, हुण ये इंस्टॉल हो सकता है। थोड़ा जिहा बैक गए फिर इंस्टॉल करांगे तो इंस्टॉल होना शुरू हो जाऊगा, ये तो इंस्टॉल हो गया। थोड़ा जिहा चला के दिखा दिंदा इहनूं मैं, तो क्योंकि थोड़े जिहे चैप्टर इहदे चैप्टर सारे जिहड़े वीडियो इहदे हिसाब नाल ही बनाए हुए है ना, 25 चैप्टर दे हिसाब नाल 40 दे हिसाब नाल बनाए हुए, तो वीडियो थोनों 40 चैप्टर दे हिसाब नाल ही मिलने। तो जी इदा करके ये इंस्टॉल हो गया जी, इंस्टॉल होने तो बाद ओपन आ गया, ओपन किया तो कितना कित फोल्डर वो बन गया होना, आइकन बन गया होना है ना, तो इनू आप ओपन कर लें हमने। ये आ गया वेबपैक 4.4 हो गया। चलो जी पढ़ते आप थ्योरी चो थे जो एच लिखा ना उत्तों पढ़ते हैं आप, हमेशा जो भी तुसी वीडियो जोड़ा भी देखे वो उन्नी प्रैक्टिस करा करो। इंट्रोडक्शन क्लिक किया जिदा जो हूँ 35वां चैप्टर चलता पे इस टाइम, जो मैं रिकॉर्डिंग कर रहा 35 प्रीमियम कोर्स चल रहा है, क्योंकि आम किताबों 25 चैप्टर है उन्होंने वो हूँ पता नहीं कहड़ा होगा ना, तो अभी तो इतों ही पढ़ते हैं। तो 35वां चैप्टर पढ़िया जिदा हूँ लास्ट चलता पाया उस स्तातो की शोक की है, ये मान लो करते पे तो वह ही पढ़िया हुआ, तो इदा ग्रुप स्तातो की शोक हो सकता है। तो एक बार तुम करोगे क्वेश्चन मार्क तो एक बार वेरो, दूसरी बार फालसो वेरो फालसो, इदा चेंज तुम अपना कर सकते हैं। वेरो फालसो करके थले जाके कोरेजी कर दूंगे तो थोड़ी गलतियाँ आ जाऊंगी, मान लो मैं वैसे ही कर दिना तो जो भी थोड़ा होगा कोई वेरो करता कोई फालसो करता कोरेजी की जो भी एरोरी होगी वह ओके तो बैक चल जाओ, चाहे काटे तो बैक चल गए पता लग गया दोबारा फिर बैक जाने वास्ते काट आइए, तो इदा तो प्रैक्टिस करनी है। तो मान लो हूँ 35वां चैप्टर हैगा ये, जो तुम्हें सकैदा करना मान लो यदा तो मैं फिर बैक जाना पाया, ये तो हो गया ग्रुप वाइज करना। जो तुम कहने सकैदा करना तो उपर आह उपर उपर जाके राइट साइड सैटिंग थोड़ा थले जाओ तो आर्गोमेंती च, मैं पहला भी वीडियो दसिया हूँ फिर दसना आर्गोमेंती च गए, तो ये सब तो पहला असेरा कर दो उपर जो चार डब्बे है ना अतीवा के थले असेरा करता, हूँ सारे साफ हो गए है ना। पहला चैप्टर थोड़ा जहाँ दसिया हुआ मैं उस सिलेक्शन करना पैंता, तो जो हम प्रीमियम कोर्स वाला चैप्टर है थले जाके ये 22वें चैप्टर है जिहड़ा मतलब 34वां ते 35वां हुण होया ना, इहदे जिहड़े पढ़े आपां उहदे विच द्रोगे वगैरह भी आ जाणे आ। ते जे कल्ला प्रीमियम कोर्स दा कोई करना चाहुंदा है तां कल्ला इन्ना ही सिलेक्ट करना, 22वें दा दूसरा डब्बा सिलेक्ट करना है तां सिर्फ उही प्रीमियम कोर्स दे आऊगे। इह तां थोड़ा जिहा गौर करना पैणा तुहानूं, जे तुसीं 35-35 भई 35 किहड़े हिसाब दे हुंदे 35 वाला तां आही चैप्टर है, बाकी उहनूं कट दो है ना सारा कट दो असेरा कर दो जाके। तुहानूं लगदा वी मैं शिखर सिउने करना है तां शिखर सिउने दा किहड़ा चैप्टर इच आ हैगा 23वां चैप्टर वो हैगा, तो थोड़ा बहुत अटेंशन वाला चैप्टर भी बिच ही है, कल्ला शिखर सिउने का इन्ना ही है, दो चैप्टर आ शिखर सिउने के, ये थोड़े जे गौर करना पैना थोनों, तो कोई बिचों कोई भी मर्जी का सिलेक्ट कर सकते हैं। इदा एक एक करके वैसे जो भी प्रैक्टिस करनी हो ना असेरा करो, पहले दिन तुम पहला चैप्टर पढ़िया वीडियो के हिसाब से पहला चैप्टर 9 पार्ट है उस आही है, जो तुम दूसरा चैप्टर पढ़िया इनू कट दो, दूसरा चैप्टर आह है वी कोली वाला, जो तो दो चैप्टर हो गए तो दो कर लो है ना। फिर तुम उस तो बाद 5वां चैप्टर पढ़ते हैं फिर ईकोल का वो ये दूसरा उदा उस वीडियो 5वां है, दिव्य तो 6वां है, ओबलीक 7वां है, प्रेचीदंस 6-8वां इदा चलते जाते हैं ना, इदा करके
ਮਾੜਾ ਜਿਹਾ ਗੌਰ ਕਰਨਾ ਪੈਣਾ ਵੀ ਉਹ 'ਚ ਚੈਪਟਰ 'ਚ ਕਿਹੜਾ ਹੈਗਾ, ਇਹਦੇ ਵਿੱਚ ਮਾੜਾ ਜਿਹਾ ਲੱਭਣਾ ਸਮਾਫਰ ਵਾਲਾ ਕਿਹੜਾ ਹੈ, ਸਮਾਫਰ ਵਾਲਾ ਇੰਨਾ ਕਰ ਲੈਣਾ, ਅਜੰਤੇ ਦੀ ਟ੍ਰੈਫਿਕ ਵਾਲਾ, ਤਾਂ ਕਰਕੇ ਤੁਸੀਂ ਆਪਣਾ ਸਰਚ ਕਰ ਸਕਦੇ ਹੋ। ਅਤੇ ਵਾਪਸ ਜਾਣ ਨੂੰ ਉੱਪਰੋਂ ਕਾਟੇ ਤੋਂ ਵਾਪਸ ਜਾਣਾ ਪੈਂਦਾ। ਜਦੋਂ ਵੀ ਤੁਸੀਂ ਸਿਲੈਕਟ ਕਰਨਾ ਫਿਰ ਤੁਹਾਨੂੰ ਦੱਸ ਦੇਣਾ, ਸਿਲੈਕਟ ਕੀਤਾ ਮੰਨ ਲਓ ਮੈਂ ਕਹਿੰਦਾ ਮੈਂ ਪਹਿਲਾਂ ਸਤਰਾ ਦਾ ਹੀ ਕੀਤਾ, ਜੇ ਕੋਈ ਨਵਾਂ ਸ਼ੁਰੂ ਕੀਤਾ ਉਹਨੇ ਸਿਰਫ ਸਤਰਾ ਦਾ, ਮਤਲਬ ਕਹਿੰਦਾ ਸਤਰਾ ਦਾ ਸਿਰਫ ਜਿਹੜਾ ਆਪਣੇ ਵੀਡੀਓ ਦੇ ਹਿਸਾਬ ਨਾਲ ਸਤਰਾ ਦਾ ਕੀਤਾ ਹੈ ਨਾ, 40 ਚੈਪਟਰਾਂ ਦੇ ਹਿਸਾਬ ਨਾਲ ਸਤਰਾ ਦਾ ਕੀਤਾ। ਇੱਥੋਂ ਕਰਕੇ ਅਤੀਵਾ ਕੀਤਾ, ਅਤੀਵਾ ਕਰਨ ਤੋਂ ਬਾਅਦ ਫਿਰ ਬੈਕ ਗਏ, ਬੈਕ ਗਏ। ਹੁਣ ਮੈਂ ਸਿਮਲਤ ਸਿਉਣੇ ਦੀ ਇਜ਼ਾਮੇ ਜਦੋਂ ਕਰੂੰਗਾ, ਜੇ ਮੈਂ ਸਾਰੇ ਉੱਧਰੋਂ ਔਫ ਕਰਦੇ ਹੋਏ ਕਿਉਂਕਿ ਭੁਲੇਖਾ ਲੱਗ ਜਾਂਦਾ, ਤਾਂ ਹੁਣ ਮੈਂ ਜਦੋਂ ਕਰੂੰਗਾ ਤਾਂ ਉਹ ਕਿਉਂਕਿ ਵਿੱਚ ਦੇਖਿਓ ਜ਼ਰੂਰ ਨੋਵਾਸ ਕੈਦਾ ਕਰਨਾ ਪੈਣਾ, ਉੱਪਰ ਨੋਵਾਸ ਕੈਦਾ ਦੱਬਿਆ ਤਾਂ ਇਸ ਤਰ੍ਹਾਂ ਦਾ ਚੈਪਟਰ ਦਾ ਆ ਗਿਆ। ਇਸ ਤਰ੍ਹਾਂ ਦਾ ਹੋ ਸਕਦਾ ਦੁਪੀਓ ਸੈਂਸੋ ਵੇਰੋ, ਬੰਕੀਨਾ ਨਹੀਂ ਅਲਾਊਡ ਕਰਦਾ ਨੋਰਮਾ ਟ੍ਰਾਂਜਿਟ ਵੇਰੋ ਹੈ ਨਾ, ਕੁਰਸੀ ਦੇ ਅਸੀਂ ਉਹਨੇ ਰੀ ਐਂਟਰ ਵੀ ਕਰਾਉਂਦਾ ਵੇਰੋ, ਕੁਰਸੀ ਆ ਉਹਨਾਂ ਪਰ 'ਤੇ ਜਿਹੜਾ ਅਲਾਊਡ ਕਰਦਾ ਇੱਕ ਫੀਲਾ ਵੇਰੋ ਹੈ ਨਾ, ਇੱਦਾਂ ਕਰਕੇ ਚਾਰੋਂ ਸਵਾਲ ਪਹਿਲੇ ਵੇਰੋ ਆ ਗਏ ਹੈ ਨਾ। ਇੱਦਾਂ ਕਰਕੇ ਤੁਸੀਂ ਫਾਲਸੋ ਕਰਨਾ ਤਾਂ ਫਾਲਸੋ ਵੀ ਕਰ ਦਿਓ, ਬਾਅਦ 'ਚ ਕਿਉਂ ਦੀ ਇਜ਼ਾਮੇ ਕਰਨਾ ਬਾਕੀ ਤੁਹਾਨੂੰ ਪਤਾ ਹੀ ਹੈ। ਤਾਂ ਇੱਦਾਂ ਕਰਕੇ ਥੋੜ੍ਹਾ ਜਿਹਾ ਇੱਕ ਵਾਰ ਆਈਡੀਆ ਜਿਹਾ ਲੱਗ ਗਿਆ, ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ। ਵੈਬ 'ਤੇ ਵਧੀਆ ਐਪ ਹੈਗੀ ਹੈ, ਬਿਲਕੁਲ ਲੇਟੈਸਟ ਅਪਲੋਡ ਕਰ ਲਿਆ ਆਪਾਂ, ਠੀਕ ਹੈ ਜੀ। ਬਾਕੀ ਹੋਰ ਕੋਈ ਵੀ ਦਿੱਕਤ ਹੋਵੇ ਤੁਸੀਂ ਕਮੈਂਟ ਕਰਕੇ ਜਾਂ ਵਟਸਐਪ 'ਤੇ ਵੀ ਮੈਸੇਜ ਕਰ ਸਕਦੇ ਹੋ, ਉਹ 'ਚ ਥੋੜ੍ਹਾ ਜਿਹਾ ਬੋਲ ਕੇ ਸੌਖਾ ਦੱਸ ਹੋ ਜਾਂਦਾ ਜੀ, ਕਿਉਂਕਿ ਕਮੈਂਟ 'ਚ ਲਿਖਣਾ ਜ਼ਿਆਦਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਅਤੇ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ।